ਤੇ ਵਕਫੇ ਤੋਂ ਬਾਅਦ ਸਾਰਿਆਂ ਦਾ ਸਵਾਗਤ ਕਰਦਾ ਮੈਂ ਮੁੜ ਤੋਂ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਔਰ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਲੈ ਕੇ ਅਮਰਜੀਤ ਸਿੰਘ ਸੰਦੋਹਾ ਅਤੇ ਕੁਲਤਾਰ ਸਿੰਘ ਜਿਨ੍ਹਾਂ ਨੂੰ ਕੈਨੇਡਾ ਤੋਂ ਵਾਪਸ ਭੇਜ ਦਿੱਤਾ ਗਿਆ ਖਬਰਾਂ ਕਹਿ ਰਹੀਆਂ ਹਨ ਕਿ ਡਿਪੋਰਟ ਕੀਤਾ ਗਿਆ ਲੇਕਿਨ ਉਹ ਡਿਪੋਰਟ ਦੀ ਗੱਲ ਨੂੰ ਨਹੀਂ ਮੰਨ ਰਹੇ ਕਹਿੰਦੇ ਸਾਡੇ ਪਾਸਪੋਰਟ ਦੇ ਉੱਤੇ ਮੇਰੀ ਗੱਲ ਹੋਈ ਹੈ ਖੁਦ ਆਪ ਕੁਲਤਾਰ ਸਿੰਘ ਜੀ ਉਹਨਾਂ ਨਾਲ ਉਹਨਾਂ ਨੇ ਫੋਨ ਦੇ ਉੱਤੇ ਆਉਣ ਲਈ ਮਨਾ ਕਰ ਦਿੱਤਾ ਕਿ ਮੈਂ ਨਹੀਂ ਆਉਣਾ ਚਾਹੁੰਦਾ ਲੇਕਿਨ ਉਹਨਾਂ ਦੱਸਿਆ ਕਿ ਮੈਨੂੰ ਡਿਪੋਰਟ ਨਹੀਂ ਕੀਤਾ ਗਿਆ ਉਹਨਾਂ ਨੇ ਸਾਨੂੰ ਕਾਰਨ ਪੁੱਛਿਆ ਔਰ ਜਿਸ ਕਰਕੇ ਸਾਨੂੰ ਵਾਪਸ ਭੇਜ ਦਿੱਤਾ ਗਿਆ ਲੇਕਿਨ ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇੱਕ ਗੱਲ ਕੀਤੀ ਸੀਗੀ ਕਿ ਭਵਿੱਖ ਹੈ ਹੁਣ ਆਮ ਆਦਮੀ ਪਾਰਟੀ ਦਾ ਜਿਸ ਕਰਕੇ ਉਹ ਹੋਂਦ ਦੇ ਵਿੱਚ ਆਈ ਸੀਗੀ ਔਰ ਜਿਸ ਕਰਕੇ ਉਹਨਾਂ ਦੇ ਉੱਤੇ ਵਿਸ਼ਵਾਸ ਜਤਾਇਆ ਸੀਗਾ ਪੰਜਾਬ ਦੇ ਵਿੱਚ ਵਸਦੇ ਵਸਨੀਕਾਂ ਨੇ ਕੀ ਹੈ ਉਸ ਵਿਸ਼ਵਾਸ ਦੇ ਉੱਤੇ ਪਹਿਰਾ ਦੇ ਰਹੀ ਹੈ ਕਿ ਨਹੀਂ ਦੇ ਰਹੀ ਇਹ ਸਵਾਲ ਬਣਿਆ ਹੋਇਆ ਦੂਜਾ ਸਵਾਲ ਬਣਿਆ ਹੋਇਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਵੇਖ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਜਿਹੜੀ ਹੈ ਉਹ ਕਾਂਗਰਸ ਦੇ ਨਾਲ ਰਲ ਕੇ ਲੜ ਸਕਦੀ ਹੈ ਇਸ ਖਬਰ ਦੇ ਉੱਤੇ ਕਿੰਨਾ ਦਮ ਹੈ ਕਿੰਨੀ ਸੱਚਾਈ ਹੈ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਹਾਂ ਮਿਸਟਰ ਸ਼ਰਮਾ ਕੀ ਲੱਗਦਾ ਕਿ 2019 ਲੋਕ ਸਭਾ ਚੋਣਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਰਲ ਕੇ ਲੜਨਗੀਆਂ ਇੱਕ ਇਹ ਵੀ ਨਵੀਂ ਪੋਲੀਟੀਕਲ ਇਕੁਏਸ਼ਨ ਪੰਜਾਬ ਦੇ ਵਿੱਚ ਬਣਦੀ ਦਿਖਾਈ ਦੇ ਰਹੀ ਹੈ ਔਰ ਇਹਦੀ ਸੁਗਬਗਾਹਟ ਵੀ ਸ਼ੁਰੂ ਹੋ ਗਈ ਕਿਉਂਕਿ ਜਦੋਂ ਕੁਛ ਮੀਡੀਆ ਰਿਪੋਰਟਸ ਦੇ ਮੁਤਾਬਿਕ ਜਦੋਂ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ ਕਿ ਇਸ ਦਰ ਐਨੀ ਪੋਸੀਬਿਲਿਟੀ ਦੈਟ ਆਮ ਆਦਮੀ ਪਾਰਟੀ ਨਾਲ ਤੁਸੀਂ ਪੋਲ ਅਲਾਇੰਸ ਕਰ ਸਕਦੇ ਹੋ ਫੋਰ ਦੀ ਲੋਕ ਸਭਾ ਇਲੈਕਸ਼ਨ ਤੇ ਹੀ ਸੈਡ ਇਟ ਇਜ਼ ਦੀ ਪ੍ਰੈਰੋਗੇਟਿਵ ਆਫ ਦੀ ਹਾਈ ਕਮਾਂਡ ਇਫ ਦੇ ਕੈਨ ਡੂ ਇਟ ਵੀ ਆਰ ਓਕੇ ਵਿਦ ਇਟ ਮਤਲਬ ਉਹਦਾ ਉਹਨਾਂ ਨੇ ਹਾਈ ਕਮਾਂਡ ਉੱਤੇ ਛੱਡ ਦਿੱਤਾ ਔਰ ਰਾਹੁਲ ਗਾਂਧੀ ਆਫਟਰ ਦਿਸ ਨੋ ਕੋਨਫੀਡੈਂਸ ਡਿਬੈਟਲ ਜਿਹੜਾ ਹੋਇਆ ਲੋਕ ਸਭਾ ਦੇ ਵਿੱਚ ਉਸ ਤੋਂ ਬਾਅਦ ਹੀ ਇਜ਼ ਲੁਕਿੰਗ ਫਾਰ ਨਿਊ ਪਾਰਟਨਰ ਹੀ ਇਜ਼ ਲੁਕਿੰਗ ਫਾਰ ਨਿਊ ਇਕੁਏਸ਼ਨ ਕਿਉਂਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਐਮ ਪੀਜ਼ ਦੀ ਤਾਦਾਦ ਵਧਾਉਣੀ ਹੈ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਤੇ ਇਹ ਪੋਸੀਬਿਲਿਟੀ ਬਣਦੀ ਦਿਖ ਰਹੀ ਹੈ ਕਿਉਂਕਿ ਕਾਂਗਰਸ ਨੇ ਵੀ ਇਹਦੇ ਵਾਸਤੇ ਇਨਕਾਰ ਨਹੀਂ ਕੀਤਾ ਔਰ ਇਹ ਇੱਕ ਹਾਈ ਕਮਾਂਡ ਡਿਸੀਜਨ ਲੈ ਸਕਦੀ ਹੈ ਲੇਕਿਨ ਐਜ਼ ਅ ਜਰਨਲਿਸਟ ਅਸੀਂ ਇਸ ਚੀਜ਼ ਨੂੰ ਬੜੀ ਲੇਕਿਨ ਮੈਨੂੰ ਇਹ ਪੋਲੀਟੀਕਲ ਇਕੁਏਸ਼ਨ ਸਮਝ ਨਹੀਂ ਆ ਰਹੀ ਮਿਸਟਰ ਸ਼ਰਮਾ ਦੇਖੋ ਜਦ ਆਮ ਆਦਮੀ ਪਾਰਟੀ ਬਣੀ ਸੀਗੀ ਦਿੱਲੀ ਦੇ ਵਿੱਚ ਤਾਂ ਉਹਨਾਂ ਨੇ ਲੜਾਈ ਜਿਹੜੀ ਹੈ ਕਾਂਗਰਸ ਦੇ ਖਿਲਾਫ਼ ਔਰ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜੀ ਸੀਗੀ ਠੀਕ ਹੈ ਔਰ 39 ਦਿਨਾਂ ਦੀ ਸਰਕਾਰ ਵੀ ਬਣਾ ਚੁੱਕੇ ਨੇ ਕੇਜਰੀਵਾਲ ਔਰ ਉਹਨਾਂ ਨੇ ਕਿਹਾ ਸੀ ਕਿ ਚਾਹੇ ਜੋ ਮਰਜ਼ੀ ਹੋ ਜਾਏ ਮੈਂ ਕਿਸੇ ਦੇ ਨਾਲ ਗੱਠਜੋੜ ਨਹੀਂ ਕਰਾਂਗਾ ਲੇਕਿਨ ਹੁਣ ਦੇਖੋ ਇੱਕ ਚੀਜ਼ ਜੀ ਕਿਰਨ ਐਕਚੁਅਲੀ ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਇੰਡੀਅਨ ਪੋਲਿਟਿਕਸ ਇਜ਼ ਬੇਸਡ ਔਨ ਦੀ ਓਪਰਚੁਨਿਜ਼ਮ ਅਵਸਰਵਾਦਿਤਾ ਦਾ ਖੇਲ ਹੈ ਇੰਡੀਅਨ ਪੋਲਿਟਿਕਸ ਇਜ਼ ਟੋਟਲ ਅਪੋਰਚੁਨਿਜ਼ਮ ਦਾ ਖੇਲ ਹੈ ਔਰ ਅਪੋਰਚੁਨਿਜ਼ਮ ਦਾ ਖੇਲ ਜੋ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ ਸ਼ੁਰੂ ਤੋਂ ਉਹਨਾਂ ਦੀ ਪੂਰੀ ਫਿਲਾਸਫੀ ਹੀ ਅਪੋਰਚੁਨਿਜ਼ਮ ਦੇ ਉੱਤੇ ਖੜੀ ਹੈ ਦਿੱਲੀ ਦੇ ਵਿੱਚ ਚੁਣਾਵ ਲੜ ਕੇ ਕਾਂਗਰਸ ਦੇ ਖਿਲਾਫ਼ ਉਸ ਤੋਂ ਬਾਅਦ ਕਾਂਗਰਸ ਦੇ ਨਾਲ ਹੀ ਜੁੜ ਕੇ ਬਣਾਈ ਸਰਕਾਰ ਪਹਿਲਾਂ ਵੀ ਕਾਂਗਰਸ ਨੇ ਨਾਲ ਜੁੜਨ ਦੀ ਗੱਲਾਂ ਆਈਆਂ ਪੰਜਾਬ ਦੇ ਵਿੱਚ ਉਹ ਨਹੀਂ ਹੋਇਆ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਤੋਤਾ ਹਰ ਸਿਆਸੀ ਰੈਲੀ ਦੇ ਵਿੱਚ ਅਰਵਿੰਦ ਭਾਰਤ ਦੀ ਜਿਹੜੀ ਰਾਜਨੀਤੀ ਹੈ ਜਿਹੜੀ ਸਿਆਸਤ ਹੈ ਹੋ ਗਿਆ ਤੇ ਮੌਕਾ ਪ੍ਰਸਤੀ ਦੀ ਇੱਕ ਨਵੀਂ ਹਾਈਟ ਹੋਏਗੀ ਔਰ ਇਹ ਦੇਖਣ ਵਾਲਾ ਬੜਾ ਇੰਟਰਸਟਿੰਗ ਹੋਇਆ ਤੁਸੀਂ ਖੁਦ ਨੂੰ ਇਮੇਜਿਨ ਕਰੋ ਸਾਡੇ ਦਰਸ਼ਕ ਵੀ ਇਮੇਜਿਨ ਕਰਨ ਕਿ ਇੱਕੋ ਸਟੇਜ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਅਰਵਿੰਦ ਕੇਜਰੀਵਾਲ ਔਰ ਸੁਖਪਾਲ ਸਿੰਘ ਖਹਿਰਾ ਬੈਠੇ ਹੋਣਗੇ ਤੇ ਕਿੱਦਾਂ ਦੇ ਲੱਗਣਗੇ ਸੋਚੋ ਜਿਨ੍ਹਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੀ ਜਿਹੜੀ ਪੂਰੀ ਲੜਾਈ ਸਿਆਸੀ ਲੜਾਈ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਕੱਢੀਆਂ ਉਹ ਤੇ ਹੋਏਗਾ ਹੀ ਹੋਏਗਾ ਬਟ ਅਗਰ ਇਹ ਅਲਾਇੰਸ ਹੋ ਗਿਆ ਹਰਕੀਰਤ ਅਗਰ ਆਮ ਆਦਮੀ ਪਾਰਟੀ ਔਰ ਕਾਂਗਰਸ ਅਗਰ ਇੱਕ ਮੰਚ ਤੇ ਇੱਕ ਸਟੇਜ ਤੇ ਪੰਜਾਬ ਦੇ ਵਿੱਚ ਆ ਗਏ ਤੇ ਸੋਚੋ ਇਹਦੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਕਿਹਨੂੰ ਹੋਏਗਾ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਉਹ ਸ਼ੁਰੂ ਤੋਂ ਹੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਇਜ਼ ਬੀ ਟੀਮ ਆਫ ਕਾਂਗਰਸ ਵਨ ਔਰ ਅਗਰ ਇਹ ਹੋ ਗਿਆ ਤੁਹਾਨੂੰ ਮੈਂ ਜੋ ਮੈਂ ਇਨਲਾਈਜ਼ ਕਰਕੇ ਦੱਸ ਸਕਦਾ ਕਿ ਜਿੱਦਣ ਅਲਾਇੰਸ ਦੀ ਖਬਰ ਆ ਗਈ ਉਸੇ ਦਿਨ ਤੋਂ ਨਰਿੰਦਰ ਮੋਦੀ ਘਰ ਘਰ ਜਾ ਕੇ ਦੱਸਣਗੇ ਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਕਿ ਇਹ ਸਾਰੇ ਮਿਲੇ ਹੋਏ ਆ ਸਮਝ ਲਓ ਗੱਲ ਨੂੰ ਇਹ ਬਿਲਕੁਲ ਇਟ ਵਿਲ ਬੀ ਵੈਰੀ ਇੰਬੈਰਸਿੰਗ ਫੋਰ ਦੀ ਆਮ ਆਦਮੀ ਪਾਰਟੀ ਐਂਡ ਈਵਨ ਫੋਰ ਦਾ ਕਾਂਗਰਸ ਬਟ ਈਵਨ ਇਫ ਦੇ ਡੂ ਇਟ ਇਟ ਵਿਲ ਬੀ ਜਸਟ ਮੌਕਾ ਪ੍ਰਸਤੀ ਹੋਰ ਕੁਛ ਨਹੀਂ ਹੈ ਪਰ ਇਟ ਵਿਲ ਬੀ ਜਸਟ ਐਜ਼ ਆਈ ਟੋਲਡ ਯੂ ਤੁਸੀਂ ਇਮੇਜਿਨ ਕਰਕੇ ਦੇਖੋ ਜੀ ਇੱਕੋ ਸਟੇਜ ਤੇ ਸੁਖਪਾਲ ਸਿੰਘ ਖਹਿਰਾ ਅਰਵਿੰਦ ਕੇਜਰੀਵਾਲ ਕੈਪਟਨ ਅਮਰਿੰਦਰ ਸਿੰਘ ਔਰ ਰਾਣਾ ਗੁਰਜੀਤ ਸਿੰਘ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਵਜ੍ਹਾ ਦੇ ਨਾਲ ਹੀ ਉਹਨਾਂ ਦੀ ਮੰਤਰੀ ਦਾ ਅਹੁਦਾ ਗਿਆ ਇਹ ਸਾਰੇ ਅਗਰ ਇੱਕੋ ਸਟੇਜ ਇੱਕੋ ਮੰਚ ਤੇ ਬੈਠੇ ਮਿਲਣਗੇ ਤੇ ਲੋਕਾਂ ਦਾ ਕੀ ਰਿਐਕਸ਼ਨ ਹੋਏਗਾ ਇਹ ਲੋਕ ਸਮਝ ਸਕਦੇ ਨੇ ਕਿ ਜਿਹੜੇ ਸਿਆਸਤਦਾਨ ਨੇ ਇਹ ਆਪਣੀ ਮੌਕਾ ਪ੍ਰਸਤੀ ਵੇਖ ਕੇ ਆਪਣਾ ਫਾਇਦਾ ਵੇਖ ਕੇ ਗੱਠਜੋੜ ਕਰਦੇ ਇਹਨਾਂ ਦਾ ਅਸਲੀ ਮੁੱਦਿਆਂ ਨਾਲ ਪੰਜਾਬ ਦੀ ਸਮੱਸਿਆਵਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਵਟ ਯੂ ਥਿੰਕ ਪਰਸਨਲੀ ਅਗਰ ਇਹਨਾਂ ਦਾ ਵਿਜ਼ਨ ਹੋਏ ਇੱਕ ਰੋਡ ਮੈਪ ਤਿਆਰ ਹੋਏ ਤਾਂ ਦੇ ਕੈਨ ਡੂ ਗੁੱਡ ਦੇ ਕੈਨ ਡੂ ਬੈਟਰ ਐਂਡ ਦੇ ਕੈਨ ਡੂ ਬੈਟਰਮੈਂਟਸ ਫੋਰ ਦੀ ਪੰਜਾਬ ਨਹੀਂ ਬਟ ਦੇਖੋ ਨਾ
ਤੁਸੀਂ ਨਹੀਂ ਵਿਧਾਨ ਸਭਾ ਦੇ ਵਿੱਚ ਤੇ ਅਲਾਇੰਸ ਨਹੀਂ ਹੈ ਨਾ, ਦਿਸ ਅਲਾਇੰਸ ਇਜ਼ ਗੋਇੰਗ ਟੂ ਬੀ ਓਨਲੀ ਫਾਰ ਲੋਕ ਸਭਾ। ਲੋਕ ਸਭਾ ਇਲੈਕਸ਼ਨ ਦੇ ਵਿੱਚ ਠੀਕ ਹੈ ਨਾ, ਇੱਕ ਅੱਧੇ MP ਦੋ ਚਾਰ MP ਇੱਧਰ ਤੋਂ ਉੱਧਰ ਹੋ ਜਾਣਗੇ, ਦੈਟ ਵਿਲ ਨਾਟ ਇਟ ਵਿਲ ਇਫੈਕਟ ਕਰੇਗਾ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਨੂੰ ਕਰੇਗਾ, ਉਹ ਵੀ ਕਿੰਨਾ ਕੁ ਫਾਇਦਾ ਕਰ ਦੇਗਾ। ਦੇਰ ਆਰ ਆਲ ਲੋਟ ਆਫ ਪੂਰੀ ਕੰਟਰੀ ਪਈ ਹੈ, ਪੰਜਾਬ ਦੇ ਵਿੱਚੋਂ ਕਿੰਨੀਆਂ ਸੀਟਾਂ ਇਹਨਾਂ ਦੀਆਂ ਕਿੱਥੇ ਚਲੀਆਂ। ਪਰ 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 ਮਿਸਟਰ ਸ਼ਰਮਾ ਕਿਉਂ ਕਰੇਗੀ ਆਮ ਆਦਮੀ ਪਾਰਟੀ? ਚਾਰ ਚਾਰ MPs ਤਾਂ ਹਜੇ ਵੀ ਪਾਰਲੀਮੈਂਟ ਦੇ ਵਿੱਚ ਹੈਗੇ ਨੇ ਇਹਨਾਂ ਦੇ, ਤੇ something is cooking up. ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਜਦੋਂ ਹੁਣ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਨੇ ਕਿ ਹਾਈ ਕਮਾਂਡ ਵਿਲ ਟੇਕ ਇਟਸ ਦੇਅਰ ਪ੍ਰੈਰੋਗੇਟਿਵ, ਇਟ ਮੀਨਸ ਸਮਥਿੰਗ ਇਜ਼ ਕੁਕਿੰਗ ਅਪ। ਈਵਨ ਦੂਸਰਾ ਮੈਂ ਤੁਹਾਨੂੰ ਹੋਰ ਚੀਜ਼ ਦੱਸ ਦਿੱਤੀ, ਆਮ ਆਦਮੀ ਪਾਰਟੀ ਦਾ ਜੋ ਡਿਬੇਕਲ ਪੰਜਾਬ ਦੀ ਵਿਧਾਨ ਸਭਾ ਚੋਣਾਂ 'ਚ ਹੋਇਆ ਹੈ ਔਰ ਉਸ ਤੋਂ ਬਾਅਦ ਵਿੱਚ ਜਿਹੜੇ ਮਿਊਨਸੀਪਲ ਚੋਣਾਂ ਦੇ ਵਿੱਚ ਵੀ ਨਹੀਂ ਉਹਨਾਂ ਦੀ ਗੱਲ ਬਣੀ, ਉਸ ਹਿਸਾਬ ਨਾਲ ਪੰਜਾਬ ਆਮ ਆਦਮੀ ਪਾਰਟੀ ਆਈ ਫਾਈਂਡ ਇਟਸ ਨਾਟ ਵੈਰੀ ਕੌਨਫੀਡੈਂਟ ਟੂ ਕਮ ਔਨ ਇਲੈਕਸ਼ਨ ਫ੍ਰੀ ਇਨ ਪੰਜਾਬ। ਦਿਲ ਨਹੀਂ ਜਿੱਤ ਪਾ ਰਹੀ ਹਜੇ, ਦਿਲ ਨਹੀਂ ਜਿੱਤ ਪਾ ਰਹੀ ਆਮ ਆਦਮੀ ਪਾਰਟੀ, ਕਿਉਂਕਿ ਆਮ ਆਦਮੀ ਪਾਰਟੀ ਜਿਹੜੇ ਵੱਡੇ ਹੁਣ ਅੱਗੇ ਪੰਚਾਇਤੀ ਚੋਣਾਂ ਹੋਣੀਆਂ ਹੈ। ਹਾਂ ਪੰਚਾਇਤੀ ਚੋਣਾਂ ਆਉਣ ਵਾਲੀਆਂ, ਉਹਨਾਂ ਦਾ ਵੀ ਉੱਥੇ ਉਹਨਾਂ ਨੂੰ ਪਤਾ ਪਿੰਡਾਂ ਠੇਰਾਂ ਦੇ ਵਿੱਚ ਉਹਨਾਂ ਦਾ ਹਾਲੇ ਬੇਸ ਨਹੀਂ ਹੈ। ਮੈਂ ਤੁਹਾਨੂੰ ਦੱਸਿਆ ਦਿਸ ਨੋ ਗਰਾਊਂਡ ਵਰਕ ਐਂਡ ਦਿਸ ਨੋ ਬਿਕੋਜ਼ ਉਹ ਆਪਣੀ ਲੜਾਈ ਝਗੜੇ ਔਰ ਈਗੋ ਟਸਲ 'ਚ ਫਸੇ ਹੋਏ ਨੇ। ਦਿਸ ਇਜ਼ ਦੀ ਕੋਸਟ ਆਮ ਆਦਮੀ ਪਾਰਟੀ ਇਜ਼ ਪੇਇੰਗ ਇਨ ਪੰਜਾਬ ਐਂਡ ਦੇ ਸਟਿਲ ਨਾਟ ਵੈਰੀ ਕੌਨਫੀਡੈਂਟ ਦੈਟ ਇਫ ਦੇ ਕੈਨ ਡੂ ਮਿਸਟਰ ਸ਼ਰਮਾ ਤੁਸੀਂ ਬਣੇ 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 ਰਹੋ ਮੇਰੇ ਨਾਲ, ਆਈ ਵਿਲ ਗੈਟ ਬੈਕ ਟੂ ਯੂ। ਮੇਰੇ ਨਾਲ ਹੋਰ ਵੀ ਕਾਲਰਸ ਬਹੁਤ ਸਾਰੇ ਜੁੜ ਰਹੇ ਨੇ, ਉਹਨਾਂ ਦੀ ਵੀ ਕਾਲ ਇੱਕ ਵਾਰੀ ਲੈ ਲਈਏ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਛੋਟੇ ਭਾਈ ਹਰਕੀਰਤ ਚਾਰ ਭਰੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੱਖਣ ਸਿੰਘ ਜੀ, ਠੀਕ ਹੋ? ਹਾਂਜੀ ਬਿਲਕੁਲ ਜੀ, ਚੜ੍ਹਦੀ ਕਲਾ। ਦੇਖੋ ਮੈਂ ਸਿਰਫ ਤੁਹਾਡਾ ਅੱਧਾ ਮਿੰਟ ਹੀ ਲੈਣਾ। ਇੱਕ ਹੁੰਦਾ ਚਮਤਕਾਰ, ਜੀ ਜੀ ਜੀ, ਚਮਤਕਾਰ ਕਿਹਨੂੰ ਕਹਿੰਦੇ? ਜਾਦੂ ਤੇ ਧੋਖੇ ਨੂੰ ਚਮਤਕਾਰ ਦਾ ਨਾਂ ਦਿੱਤਾ ਗਿਆ ਹੈ। ਜੀ ਜੀ ਜੀ, ਅਗਰ ਜੇ ਸਾਡੀ ਧਰਤੀ ਤੇ ਕੋਈ ਸਾਡੀ ਕੌਮ ਦਾ ਇਨਸਾਫ ਹੋਣਾ ਹੈ ਨਾ, ਜੀ ਜੀ, ਉਹ ਪਤਾ ਕਿੱਥੋਂ ਹੋਣਾ? ਜੀ ਇਹ ਮੇਰੀ ਗੱਲ ਨੋਟ ਕਰ ਲਿਓ, ਉੱਥੇ ਕਿਸੇ ਨੂੰ ਨੀ ਸਾਡੀ ਕੌਮ ਬਾਰੇ ਪਤਾ, ਹਿਸਟਰੀ ਬਾਰੇ ਪਤਾ। ਅਗਰ ਇਹ ਹਿਸਟਰੀ ਬਾਰੇ ਪਤਾ ਯੂਕੇ ਸਕੋਰਿਆਂ ਇੱਥੋਂ ਇਨਸਾਫ ਹੋਣਾ ਸਾਡੇ ਇਸ ਧਰਤੀ ਤੋਂ। ਜੀ ਜੀ ਜੀ, ਜਿੱਦਣ ਵੀ ਇਨਸਾਫ ਹੋਇਆ ਸਾਡੀ ਕੌਮ ਇਹ ਜਾਣਦੇ ਆ, ਹਰੇਕ ਕੌਮਾਂ ਨੂੰ, ਇਹ ਨੀ ਕਿ ਸਾਡੀ ਕੌਮ ਨੂੰ, ਹਰੇਕ ਕੌਮਾਂ ਨੂੰ ਇਹ ਜਾਣਦੇ ਆ। ਅਗਰ ਜਦੋਂ ਵੀ ਇਨਸਾਫ ਹੋਇਆ ਇੱਥੋਂ ਨਾ, ਉੱਥੇ ਕੋਈ ਇਨਸਾਫ ਨੀ ਹੋਣਾ ਕਿਸੇ ਦਾ। ਜੀ 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 ਜੀ, ਮੈਂ ਦੋ ਲਾਈਨਾਂ ਮੇਰੀਆਂ ਜ਼ਰੂਰ ਸੁਣਿਆ, ਮੈਂ ਤੁਹਾਡਾ ਸਿਰਫ ਸਕਿੰਟ ਲੈਣੇ ਆ। ਚਮਤਕਾਰ ਜੀ, ਕਿ ਚਮਤਕਾਰ ਇੱਕ ਤਰ੍ਹਾਂ ਦਾ ਜਾਦੂ ਹੁੰਦਾ, ਇੱਕ ਤਰ੍ਹਾਂ ਦਾ ਧੋਖਾ ਹੁੰਦਾ। ਜੀ ਗਿਆਨ ਤੋਂ ਇਹ ਵਾਅਦਾ ਹੁੰਦਾ, ਅੰਦਰੋਂ ਇਹ ਫੋਕਾ ਹੁੰਦਾ। ਜੀ ਸਾਹ ਦੀ ਰਗੜ ਨਾਲ ਕਈ ਵਾਰ ਸਾਡੇ ਅੰਦਰ ਇੱਕ ਰੋਸ਼ਨੀ ਲੱਗਦੀ, ਸਾਨੂੰ ਉਹ ਹੈਰਾਨ ਕਰ ਦਿੰਦੀ, ਸਾਨੂੰ ਉਹ ਸੰਤੋਸ਼ ਨਹੀਂ ਲੱਗਦੀ। ਜੀ ਜੀ ਜੀ, ਸਦੀਆਂ ਤੋਂ ਕਈ ਗੁਰੂ ਆਪਣੇ ਚੇਲਿਆਂ ਨੂੰ ਇਹ ਚਮਤਕਾਰ ਦਿਖਾਉਂਦੇ ਰਹਿ, ਆਇਦਾਂ ਸਦੀਆਂ ਤੋਂ ਹੀ ਉਹਨੂੰ ਆਤਮਾ ਦੀ ਰੋਸ਼ਨੀ ਕਹਿ ਕੇ ਲੋਕਾਂ ਨੂੰ ਭਰਮਾਉਂਦੇ ਰਹਿ। ਜੀ 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 ਜੀ, ਦੇਖੋ ਆਦਿ ਸ਼ੰਕਰ ਨੇ ਵੀ ਚਮਤਕਾਰਾਂ ਦਾ ਖੰਡਨ ਕੀਤਾ, ਬਾਬੇ ਨਾਨਕ ਨੇ ਵੀ ਥਾਂ ਥਾਂ ਜਾ ਕੇ ਉਹਨਾਂ ਦਾ ਭੰਡਣ ਕੀਤਾ, ਗੁਰੂ ਗੋਬਿੰਦ ਸਿੰਘ ਨੇ ਵੀ ਇਹਨਾਂ ਚਮਤਕਾਰੀਆਂ ਨੂੰ ਦੂਜੇ ਪਾਰ ਕੀਤਾ, ਉਹਨਾਂ ਦਾ ਚੰਗੀ ਤਰ੍ਹਾਂ ਸਫਾਇਆ ਕੀਤਾ, ਉਹਨਾਂ ਨੂੰ ਸਾੜ ਦਿੱਤਾ। ਜੀ ਜੀ ਜੀ, ਆਖਰੀ ਲੈਣਾ ਕਿ ਦੇਖੋ ਪਰ ਹੁਣ ਫਿਰ ਵਿਦੇਸ਼ੀ ਸਾਮਰਾਤੀ ਸਾਡੇ ਚਮਤਕਾਰਾਂ ਨਾਲ ਸਾਨੂੰ ਭਰਮਾਰ ਹੈ, ਕਈ ਮੋਡਰਨ ਗੁਰੂ ਉਹਨਾਂ ਦੇ ਜੰਟ ਬਣ ਕੇ ਉਹਨਾਂ ਲਈ ਥਾਂ ਬਣਾ ਰਹੇ, ਉਹ ਗਿਆਨ ਹੋਰ ਹੀ ਚੀਜ਼ ਹੈ। ਉਹਦਾ ਮਤਲਬ ਹੈ ਲੋਕਾਂ ਨਾਲ ਪਿਆਰ ਕਰਨਾ, ਪਿਆਰ ਹੀ ਸਾਡਾ ਵੱਡਾ ਆਸਰਾ ਹੈ, ਉਹਨਾਂ ਨਾਲ ਹੀ ਸਾਡਾ ਭਉ ਸਾਗਰ ਪਾਰ ਕਰਨਾ। ਮੈਂ ਇੰਨਾ ਹੀ ਕਹਿਣਾ ਕਿਉਂਕਿ ਟਾਈਮ ਥੋੜਾ, ਮੈਂ ਘੰਟਾ ਵੀ ਜਾ ਸਕਦਾ ਜੀ, ਤੁਸੀਂ ਕੀ ਕੁਝ ਮੇਰੇ ਨਾਲ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਅੱਜ ਦੇ ਮੁੱਦੇ ਦੇ ਉੱਤੇ, ਮੈਂ ਜ਼ਰੂਰ ਜਾਣਨਾ ਚਾਹੁੰਦਾ। ਕਈ ਕਾਲਰਸ ਦੇ ਫੋਨਸ ਜਿਹੜੇ ਨੇ ਉਹ ਡਿਸਕਨੈਕਟ ਹੋਏ ਨੇ ਔਰ ਕਈਆਂ ਦੇ ਮੈਂ ਕਿਊ ਦੇ ਵਿੱਚ ਵੀ ਪਾਇਆ ਸੀਗਾ, ਉਹ ਵੀ ਹੋਏ ਨੇ, ਅਤੇ ਮੈਨੂੰ ਹੋਰ ਵੀ ਕਾਲ ਆਉਣਾ ਆ ਰਹੀਆਂ, ਜਾਣਨ ਦੀ ਕੋਸ਼ਿਸ਼ ਕਰਦੇ ਕਿ ਕੁਝ ਕਹਿਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਹਰਭਜਨ ਸਿੰਘ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੋ? ਜਿਹੜਾ ਉਹਨਾਂ ਨੂੰ ਉੱਥੋਂ ਨਾ ਭੇਜਿਆ ਗਿਆ ਵਾਪਸ, ਇਹ ਗੱਲ ਸਹੀ ਹੋ ਸਕਦੀ ਹੈ ਕਿ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਗਿਆ, ਉਹਨਾਂ ਨੂੰ ਰਿਫਿਊਜ਼ਡ ਐਂਟਰੀ ਕੀਤੀ ਗਈ ਆ। ਰਿਫਿਊਜ਼ਡ ਐਂਟਰੀ ਐਂਡ ਡਿਪੋਰਟ ਵਿੱਚ ਡਿਫਰੈਂਟ ਦੋ
ਬਹੁਤ ਡਿਫਰੈਂਟ, ਬਹੁਤ ਡਿਫਰੈਂਸ ਹੈਗਾ। ਤਾਂ ਅਸੀਂ ਇਸ ਖਬਰ ਦੇ ਉੱਤੇ ਮੋਹਰ ਲਾ ਰਹੇ ਹਾਂ ਕਿ ਉੱਥੋਂ ਦੀ ਉਹਨਾਂ ਨੂੰ ਡਿਪੋਰਟ ਨਹੀਂ ਕੀਤਾ ਗਿਆ, ਕਿਉਂਕਿ ਕਈ ਮੀਡੀਆ ਹਾਊਸਿਸ ਦੇ ਵਿੱਚ ਇਹ ਖਬਰ ਆ ਰਹੀ ਕਿ ਡਿਪੋਰਟ ਕਰ ਦਿੱਤਾ ਗਿਆ ਉੱਥੋਂ ਦੀ ਉਹਨਾਂ ਨੂੰ। ਜੀ 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 ਦੈਟਸ ਅ ਰਿਫਿਊਜ਼ ਐਂਟਰੀ। ਜੀ ਰਿਫਿਊਜ਼ ਐਂਟਰੀ ਤੇ ਤੁਹਾਨੂੰ ਸਟੈਂਪ ਲਾਉਣ ਦੀ ਲੋੜ ਨਹੀਂ ਹੁੰਦੀ। ਜੀ 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 ਰਿਫਿਊਜ਼ ਐਂਟਰੀ ਇਸ ਕਰਕੇ ਹੋਈ ਆ ਕਿ ਜਿਸ ਵੇਲੇ ਉਹਨੂੰ ਪੁੱਛਿਆ ਵੀ ਤੁਸੀਂ ਕੀ ਕਰਨਾ, ਹਾਂਜੀ ਜੀ, ਉੱਥੇ ਉਹ ਕੰਸਿਸਟੈਂਟ ਨਹੀਂ ਸੀਗੇ। ਜੀ ਹਾਂਜੀ, ਅਗਰ ਉਹਨਾਂ ਨੇ ਕਿਹਾ ਵੀ ਅਸੀਂ ਜੇ ਉਹਨਾਂ ਨੂੰ ਪਤਾ ਲੱਗਿਆ, ਉਹਨੇ ਕਿ ਜਦ ਪੁੱਛਿਆ ਵੀ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਬਿਲੋਂਗ ਕਰਦੇ ਹੋ, ਕੋਈ ਪਾਰਟੀ ਅਸੀਂ ਜੇ ਉਹਨੇ ਸਾਨੂੰ ਕਿਹਾ ਤਾਂ ਅਸੀਂ ਕਰਾਂਗੇ। ਜੀ ਪਰ ਉੱਥੋਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਉਹਨਾਂ ਨੇ ਆਪਣੀ ਇਹ ਪੋਲਿਸੀ, ਮੇਰੇ ਕੋਲ ਉਹਨਾਂ ਕੋਲ ਪੂਰਾ ਹੱਕ ਹੈ ਇਸ ਚੀਜ਼ ਦਾ ਵੀ ਅਗਰੋਂ ਕੋਈ ਬਾਹਰੋਂ ਆਣ ਕੇ ਪੋਲੀਟੀਸ਼ੀਅਨ ਸਾਡੇ ਮੁਲਕ ਦੇ ਲੋਕਾਂ ਨੂੰ ਉਹ ਇਨਸਾਈਟ ਕਰ ਰਿਹਾ ਹੈਗਾ, ਤੇ ਫਿਰ ਉਹਨਾਂ ਕੋਲ ਫੁੱਲ ਰਾਈਟ ਹੈਗਾ ਉਹਨੂੰ ਰਿਫਿਊਜ਼ ਕਰਨ ਦਾ। ਹਾਂਜੀ, ਕੋਈ ਗੌਰਮੈਂਟ ਵੀ ਪਹਿਲਾਂ ਇਹ ਅਲਾਓ ਨਹੀਂ ਕਰ ਸਕਦੀ ਜੇ ਉਹ ਆਣ ਕੇ ਕਹਿੰਦਾ ਕਿ ਮੈਂ ਇੱਥੇ ਪੋਲੀਟੀਕਲ ਬੇਸਿਸ ਤੇ ਆਇਆ ਹੈਗਾ। ਹਾਂਜੀ, ਪਰ ਜਿਹੜੇ ਕੈਨੇਡਾ ਦੇ ਲੋਕੀ ਵਿੱਚ ਵਸਦੇ ਆ ਜਾਂ ਸਾਡੇ ਇੰਗਲੈਂਡ ਦੇ ਵਿੱਚ ਲੋਕੀ ਵਸਦੇ ਆ, ਇਹ ਗੌਰਮੈਂਟ ਆ ਇਹਨਾਂ, ਜੇ ਉਹ ਕੁਛ ਆਪਣੇ ਆਪਣੇ ਮੁਲਕ 'ਚ ਕੋਈ ਮੁਜ਼ਾਹਰਾ ਕਰਨਾ ਚਾਹੁੰਦੇ, ਕੋਈ ਮੀਟਿੰਗ ਕਰਨਾ ਚਾਹੁੰਦੇ ਆ, ਇਹ ਇਹਨਾਂ ਦਾ ਡੈਮੋਕ੍ਰੈਟਿਕ ਰਾਈਟ ਆ, ਇਹ ਗੌਰਮੈਂਟ ਆ ਉਹਨਾਂ ਨੂੰ ਸਟੋਪ ਨਹੀਂ ਕਰਨਗੀਆਂ, ਪ੍ਰੋਵਾਈਡਡ ਦੇ ਆਰ ਨਾਟ ਇਨਸਾਈਟਿੰਗ ਦੀ ਅਦਰ ਪੀਪਲ ਯੂ ਨੋ ਟੂ ਟੂ ਕੋਜ਼ ਪ੍ਰੋਬਲਮ। ਬਿਲਕੁਲ ਜੀ ਜੀ ਜੀ, ਦਿਸ ਇਜ਼ ਦੀ ਲਾਈਨ ਯੂ ਨੋ ਲੀਗਲ ਲਾਈਨ। ਜੀ ਜੀ। ਦੂਸਰੀ ਗੱਲ, ਮੇਰਾ ਖਿਆਲ ਆਪਣਾ ਵਿਚਾਰ ਹੈ ਕਿ ਮੇਰਾ ਖਿਆਲ ਜਿਸ ਵੇਲੇ ਮੋਦੀ ਗਿਆ ਨਾ ਇੰਡੀਆ ਦੇ ਵਿੱਚ, ਉਸ ਤੋਂ ਬਾਅਦ ਮੇਰੇ ਟਰੂਡੋ ਦੀ ਕੋਈ ਕੋਈ ਮਤਲਬ ਖਾਸ ਨਿਊਜ਼ ਨਹੀਂ ਸੁਣੀ, ਉਧਰੋਂ ਕੋਈ ਬਾਹਲੀ ਸਟਰੋਂਗ ਇਸ ਤਰ੍ਹਾਂ ਦੀ ਨਹੀਂ ਆਈ ਹੈਗੀ। ਮੇਰਾ ਖਿਆਲ ਆ ਕਿ ਉਹਦੇ ਕੰਨ 'ਚ ਗੱਲ ਪਾਤੀ ਗਈ ਆ ਕਿ ਬਈ ਤੇਰੇ ਮੁਲਕ ਦੇ ਵਿੱਚੋਂ ਸਾਡੇ ਮੁਲਕ 'ਚ ਪ੍ਰੋਬਲਮ ਪੈਦਾ ਹੋ ਰਹੀ ਆ, ਤੈਨੂੰ ਇਹ ਕੰਟਰੋਲ ਕਰਨਾ ਪਏਗਾ, ਕਿਉਂਕਿ ਗੌਰਮੈਂਟ ਨੂੰ ਬਹੁਤ ਅਸਰ ਪਾ ਜਾਂਦੀਆਂ ਹੈਗੀਆਂ, ਕਿਉਂਕਿ ਦੋਨੇ ਯੂ ਨੋ ਦੋਨੇ ਕੰਟਰੀਆਂ ਹੈਗੀਆਂ, ਜਿਵੇਂ ਇੱਕ ਪ੍ਰਾਈਮ ਮਿਨਿਸਟਰ ਦੂਸਰੇ ਪ੍ਰਾਈਮ ਮਿਨਿਸਟਰ ਗੱਲ ਆ, ਤਾਂ ਉਸ ਪ੍ਰਾਈਮ ਮਿਨਿਸਟਰ ਉਹਦੀ ਗੱਲ ਮੰਨਣੀ ਪੈਂਦੀ ਹੈਗੀ ਆ। ਜੀ ਜੀ ਜੀ, ਹਰਭਜਨ ਸਿੰਘ ਜੀ ਬਿਲਕੁਲ ਮੈਂ ਤੁਹਾਡੀ ਗੱਲ ਤੋਂ ਸਹਿਮਤ ਹਾਂ। ਹੋਰ ਵੀ ਕਾਲਰਸ ਕਾਲ ਕਰ ਰਹੇ ਨੇ, ਉਹਨਾਂ ਦੇ ਵੀ ਜ਼ਿਆਦਾ ਦਿਓ ਤੇ ਕਾਲਸ ਲੈ ਲਈਏ। ਜੀ ਜੀ, ਇੱਕ ਮਿੰਟ ਪਲੀਜ਼, ਜਸਟ 1 ਸੈਕਿੰਡ। ਜੀ ਜੀ ਜੀ, ਹੈਲੋ। ਜੀ 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 ਜੀ, ਲਾਸਟ ਵੀਕ ਨਾ ਇੱਕ ਭਾਈ ਸਾਹਿਬ ਆਏ ਸੀ, ਉਹਨਾਂ ਦਾ ਪੂਰਾ ਹੱਕ ਆ ਮੇਰੀ ਗੱਲ ਨੂੰ ਪਸੰਦ ਕਰਨਾ ਜਾਂ ਨਾ ਪਸੰਦ ਆ, ਉਹਨਾਂ ਦਾ ਫੰਡਾਮੈਂਟਲ ਰਾਈਟ ਹੈ, ਉਹਨਾਂ ਦਾ ਪੂਰਾ ਰਾਈਟ ਹੈ। ਜੀ ਜੀ, ਔਰ ਮੇਰਾ ਕੋਈ ਰਿਜ਼ਰਵ, ਮੇਰਾ ਕੋਈ ਰਿਜ਼ਰਵ ਮਤਲਬ ਕੋਈ ਸਲੋਟ ਨਹੀਂ ਗਾ। ਨਹੀਂ ਨਹੀਂ ਨਹੀਂ, ਮੈਂ ਸਮਝਾਤਾ ਸੀਗਾ ਜੀ, ਇਹ ਕਹਿਣਾ ਚਾਹੁੰਦਾ, ਮੈਂ ਸਮਝਾ ਦੂਸਰੀ ਗੱਲ ਇਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ। ਜੀ ਜੀ ਜੀ, ਕਿ ਮੇਰੇ ਪੇਟ ਨੂੰ ਕੋਈ ਤਾਂਬੇ ਦੀਆਂ ਤਾਰਾਂ ਨਹੀਂ ਵੱਜੀਆਂ ਕਿ ਮੇਰਾ ਢਿੱਡ ਫੜਦਾ ਜਾਂਦਾ, ਨਾ ਹੀ ਮੇਰੇ ਮੱਥੇ ਤੇ ਕੋਈ ਲਾਈਟ ਲੱਗੀ ਆ, ਕਿ ਮੇਰੇ ਕੋਲ ਇੰਨਾ ਗਿਆਨ ਆ ਕਿ ਮੈਂ ਲੋਕਾਂ ਨੂੰ ਮੰਨ ਲਿਆ, ਆਮ ਆਰਡਨਰੀ ਪਰਸਨ, ਮੇਰਾ ਮਨ ਕਰਦਾ। ਬਟ ਵੀ ਰਿਸਪੈਕਟ ਯੋਰ ਥੌਟਸ We respect your thoughts, we respect your views, we respect your feedback. Thank you very much. Thank you, sir. Thank you. ਜੀ 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 ਜੀ। ਅਤੇ ਜੇਕਰ ਤੁਸੀਂ ਅਜੇ ਤੱਕ ਕਾਲ ਨਹੀਂ ਕਰ ਪਾਏ ਹੋ ਜਾਂ ਅਗਰ ਕਾਲ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ। ਮੈਨੂੰ ਕਈ ਕਾਲਸ ਆ ਰਹੀਆਂ ਲੇਕਿਨ ਮੈਂ ਕਿਊ ਦੇ ਵਿੱਚ ਪਾਤੀ ਹੈ। ਮੈਂ ਬ੍ਰੇਕ ਤੋਂ ਬਾਅਦ ਆ ਰਿਹਾ ਔਰ ਜ਼ਰੂਰ ਤੁਹਾਡੀ ਕਾਲ ਦੇ ਉੱਤੇ ਤੁਹਾਡੇ ਜਿਹੜੇ ਵਿਚਾਰ ਨੇ ਉਹ ਜ਼ਰੂਰ ਪੁੱਛਾਂਗਾ ਔਰ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਇਸ ਮੁਤਲਕ ਤੁਸੀਂ ਮੇਰੇ ਨਾਲ ਕੀ ਸਾਂਝਾ ਕਰਨਾ ਚਾਹੁੰਦੇ ਹੋ।